ਉਹ ਬਸੰਤ ਘਰੇ ਤੂੰ ਤਾਂ ਉਵੇਂ ਤਿਆਰ ਹੋਈ ਜਾਂਦੀ ਆ, ਤੈਨੂੰ ਕਿਹੜੇ ਦੇਖਣਾ? ਦੇਖਣਾ ਤਾਂ ਉੱਥੇ ਮੈਨੂੰ ਆ, ਦੇਖੀ ਜਾਈ ਮੈਂਗਲਸ ਹੋ ਗਈ ਉੱਥੇ। ਆਹੋ ਜੀ, ਹੁਣ ਤਿਆਰ ਹੋ ਗਏ ਤੁਸੀਂ? ਹਾਂ ਮੈਂ ਤਾਂ ਤਿਆਰ ਹਾਂ, ਤੂੰ ਹੀ ਕਰੀ ਜਾਂਦੀ ਆ ਲਿਪਾ ਪੋਚੀ ਜੀ। ਆ ਚੱਲੀਏ, ਆ ਜਾ ਤੁਰਿਆ। ਹੋ ਗਏ ਪੁੱਤ ਤਿਆਰ? ਹਾਂ ਬੇਬੇ ਹੋ ਗਏ। ਚੱਲ ਵਧੀਆ, ਹੁਣ 2 ਦਿਨ ਲਾ ਆਏ ਉੱਥੇ, ਕਿਤੇ ਛੇਤੀ ਭੱਜਣ ਦੀ ਕਰੇ ਤੂੰ। ਉਹ ਕੋਈ ਨਾ, 5-4 ਦਿਨ ਲਾ ਕੇ ਆਵਾਂਗੇ, ਦੇਖਾਂਗੇ ਕੀ ਕੁਛ ਸੇਵਾ ਕਰਦਿਆ ਫਿਰ ਆਪਣੀ। ਵੇ ਸੇਵਾ ਤਾਂ ਜਿੰਨੀ ਅਗਲਾ ਤਾਂ ਹੋਈ ਅਗਲੇ ਕਰਨਗੇ ਤੇਰੀ, ਪਰ ਤੂੰ ਵੀ ਸੰਭਲ ਕੇ ਰਹੀਂ, ਕਿਤੇ ਉੱਥੇ ਦਾਰੂ ਪੀ ਕੇ ਹੋਰ ਭਾਂਡੇ ਗਲੇਰ ਲੱਗ ਜਾਏ ਉਹਨਾਂ ਦੇ। ਆਹੋ ਮੈਂ ਤਾਂ ਕਾਹਨੂੰ ਕਦੇ ਦਾਰੂ ਦੇਖੀ ਹੈ, ਦੱਸ ਪਿਆ ਜਾਣਗੇ ਤੇਰੇ ਘਰ ਦੇ ਦਾਰੂ? ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਉੱਥੇ ਦਾਰੂ ਪੀਣ ਥੋੜਾ ਜਾਣਾ ਤੁਸੀਂ, ਉੱਥੇ ਤਾਂ ਮਿਲਣ ਜਾਣਾ, ਦਾਰੂ ਤਾਂ ਇੱਥੇ ਬਥੇਰੀ ਪੀ ਲੈਂਦੇ ਹੋ। ਉਹ ਫੇਰ ਵੀ ਪ੍ਰਾਹੁਣਾ ਉਹਨਾਂ ਦਾ ਮੈਂ, ਸੇਵਾ ਤਾਂ ਕਰਨਗੇ ਮੇਰੀ, ਦੇਖੀ ਜਾਈ ਮਗਰ ਮੂਹਰੇ ਫਿਰਨਗੇ ਭਾਂਡੇ ਚੱਕੀ। ਵੇ ਉਹਨਾਂ ਦਾ ਤਾਂ ਫਰਜ਼ ਹੈ, ਉਹਨਾਂ ਨੇ ਤਾਂ ਕਰਨਾ ਹੀ ਆ, ਪਰ ਤੂੰ ਸੰਭਲ ਕੇ ਰਹੀਂ, ਕਿਤੇ ਹੋਰ ਉਹਨਾਂ ਨੂੰ ਵੀ ਤੰਗ ਕਰੀ ਚੱਲੇ, ਜਿੰਨਾ ਕੁ ਹੋਇਆ ਉਹਨਾਂ ਕੁ ਖਾ ਪੀ ਲਿਓ, ਕਿਤੇ ਉਹਨਾਂ ਤੋਂ ਹੋਰ ਮੰਗਾ ਮੰਗਾ ਕਹੇ ਲਿਆਓ ਇੱਥੇ ਦਾਰੂ, ਲਿਆਓ ਇੱਥੇ ਦਾਰੂ। ਉਹ ਬੇਬੇ ਉਹ ਤਾਂ ਉੱਥੇ ਜਾ ਕੇ ਪਤਾ ਲੱਗੂਗਾ, ਇਹ ਤਾਂ ਐਵੇਂ ਆਪਦੇ ਪੇਕਿਆਂ ਦੀਆਂ ਸਿਫਤਾਂ ਦੇ ਪੁੱਲ ਬੰਨੀ ਜਾਂਦੀ ਰਹਿੰਦੀ ਆ, ਦੇਖਦੇ ਆ ਜਾ ਕੇ ਕਿੰਨੇ ਕੁ ਪਾਣੀ 'ਚ ਆ। ਕੋਈ ਨਹੀਂ, ਕਰ ਦੇਗਾ ਸਾਰਾ ਕੁਛ, ਚੱਲ ਜਾਓ ਹੁਣ, ਬੜਾ ਕਵੇਲਾ ਨਾ ਕਰੋ। ਚੱਲ ਚੱਲੀਏ, ਆ ਜਾ ਫਿਰ, ਲਾਰੀ ਲੰਘ ਜੂਗੀ ਨਹੀਂ ਕੱਲ੍ਹ ਤੇ ਗੱਲ ਜਾਊਗੀ, ਫਿਰ ਬੋਲੀ ਜਾਏਗੀ ਮੈਨੂੰ। ਬੇਬੇ ਵੇਖੀ, ਭੈਣ ਬਿਨਾਂ ਜਮਾਂ ਨਹੀਂ ਜੀ ਲੱਗਦਾ। ਲੈ ਵੇਖ ਲਾ, ਹੁਣ ਤੱਕ ਜੀ ਨਹੀਂ ਲੱਗਦਾ, ਉਦੋਂ ਛਿੱਤਰੋ ਛਿੱਤਰੀ ਹੋਈ ਜਾਂਦੀਆਂ ਸੀ ਇੱਥੇ, ਜਿਵੇਂ ਵੱਡੀ ਤੋਰਤੀ ਆਈ ਤੈਨੂੰ ਤੋਰ ਦਿਆਂਗੇ, ਫਿਰ ਜਦੋਂ ਦੂਰ ਦੂਰ ਰਹੀਆਂ ਨਾ, ਇਦੋਂ ਵੀ ਜ਼ਿਆਦਾ ਟਾਈਮ ਪਾ ਕੇ ਮਿਲੀਆਂ, ਫਿਰ ਪਤਾ ਲੱਗੂ ਕੀ ਹੁੰਦਾ ਰਿਸ਼ਤਿਆਂ ਦਾ ਮਤਲਬ। ਬੇਬੇ ਮੈਂ ਤਾਂ ਹੀ ਕਹਿੰਦੀ ਸੀ, ਆਪਾਂ ਨਾ ਚੱਲੀਏ, ਭੈਣ ਨੂੰ ਮਿਲ ਆਈਏ। ਦੇਖ ਲਾ ਪੁੱਤ, ਆਪਣਾ ਕੰਮ ਦਾ ਨਹੀਂ ਲੋਟ ਆਉਣਾ, ਫਿਰ ਹੱਥ ਨੂੰ ਮੁੜਿਆ ਨਹੀਂ ਜਾਣਾ, ਕੀ ਪਤਾ ਬੱਸਾਂ ਉੱਧਰ ਕੀ ਟਾਈਮ ਜਾਂਦੀਆਂ ਕੀ ਟਾਈਮ ਨਹੀਂ ਜਾਂਦੀਆਂ। ਮੇਰੇ ਤਾਂ ਬਾਹਲਾ ਜੀ ਜਾ ਕਰੀ ਜਾਂਦਾ ਮਿਲਣ ਨੂੰ। ਊ ਤਾਂ ਅੱਜ ਕਾਂ ਕਰ ਲਾ ਕੇ ਗਿਆ, ਕੀ ਪਤਾ ਆ ਹੀ ਜਾਣ ਮਿਲਣ। ਹਏ ਵਧੀਆ ਜੇ ਭੈਣ, ਅੱਜ ਤਾਂ ਹੋਰ ਜੇ ਆ ਗਈ ਨਾ, 2-3 ਦਿਨ ਰੱਖਾਂਗੇ। ਆ ਫੂਕ ਮਾਰ ਲਾ ਮਾੜੀ, ਧੂੰਆਂ ਪਈ ਜਾਂਦਾ ਅੱਖਾਂ 'ਚ। ਮੈਂ ਮਾਰੀ ਤਾਂ ਜਾਂਦੀ ਹੈ, ਇਹ ਕਿਹੜਾ ਮੱਚਦੀ ਆ, ਗਿੱਲੀਆਂ ਨੇ ਲੱਕੜਾਂ। ਵਧੀਆ ਸੀ ਭੈਣ, ਸਾਰਾ ਕੰਮ ਕਰ ਲੈਂਦੇ ਸੀ, ਮਿਹਨਤ ਨਹੀਂ ਇਹਦੇ ਮੂਹਰੇ ਬੈਠਣਾ ਪੈਂਦਾ ਸੀ। ਆਹੋ ਉਦੋਂ ਤਾਂ ਇਹ ਚਾਂਬਲ ਜਾਂਦੀ ਸੀਗੀ ਵੀ ਮੈਂ ਛੋਟੀਆਂ ਲਾਡਨੀ ਆ, ਕੋਈ ਕੰਮ ਦੇ ਡੱਕੇ ਨੂੰ ਹੱਥ ਨਾ ਲਾਵਾਂ। ਹੁਣ ਪਤਾ ਲੱਗਦਾ ਭਾਈ, ਕੰਮ ਤਾਂ ਕਰਨਾ ਹੀ ਪਊਗਾ, ਨਾਲੇ ਉਹ ਸਾਰਾ ਚੁੱਲ੍ਹੇ ਚੌਂਕੇ ਦਾ ਕੰਮ ਸਿੱਖ ਕੇ ਗਈ ਹੈ, ਤੈਨੂੰ ਵੀ ਸਿੱਖਣਾ ਪਊਗਾ, ਫੇਰ ਗਾਹਾਂ ਜਾ ਕੇ ਨਿਰਵਾਹ ਹੋਊਗਾ ਪੁੱਤ। ਸਿੱਖੀ ਤਾਂ ਜਾਂਦੀ ਹਾਂ ਮੈਂ, ਹੁਣ ਹੋਰ ਕਿਵੇਂ ਸਿੱਖਦੇ ਹੁੰਦੇ ਆ। ਨਾ ਨਾ ਭਾਈ, ਧਾਰਾਂ ਡੋਕੇ ਕੱਢਿਆ ਕਰ, ਨਾਲੇ ਗੋਹਾ ਕੂੜਾ ਸਿੱਟਿਆ ਕਰ, ਆਪਦਾ ਨੀਰਾ ਚਾਰਾ ਪਾਇਆ ਕਰ, ਪਸ਼ੂ ਢਾਂਡਿਆਂ ਦਾ ਵੀ ਸਿੱਖ ਲਾ ਸਾਰਾ, ਕੀ ਪਤਾ ਅਗਲੇ ਦੇ ਕਿੰਨੇ ਕੁ ਪਸ਼ੂ ਹੋਣਗੇ, ਜਿਵੇਂ ਆਪਣੇ ਤਾਂ 2-3 ਹੈ, ਅਗਲਾ 10-10 ਮਾਂ ਹਿੱਸਾ ਰੱਖਦਾ ਗਾ। ਮਾਂ ਦੇਖੀ ਪਸ਼ੂ ਢਾਂਡੇ ਦਾ ਮੇਰੇ ਤੋਂ ਕਿੱਥੇ ਹੁੰਦਾ। ਲੈ ਦੱਸ ਕਿ ਮੈਂ ਇੱਥੋਂ ਕਿੱਥੇ ਹੁੰਦਾ, ਬੁੜੀਆਂ ਨੂੰ ਤਾਂ ਇਹੀ ਕੰਮ ਹੁੰਦਾ, ਧਾਰਾਂ ਕੱਢ ਲਈਆਂ, ਗੋਹਾ ਸਿੱਟ ਲਿਆ, ਸੰਨੀਆਂ ਪਾ ਲੀਆਂ, ਆ ਲੀੜਾ ਕੱਪੜਾ ਧੋ ਲਿਆ, ਹੋਰ ਆਪਾਂ ਨੂੰ ਕੀ ਇੱਥੇ ਕਸੀਦਾ ਕੱਢਣਾ ਦੱਸ। ਚੱਲ ਸਿੱਖ ਲੂੰਗੀ, ਸਿਖਾ ਦੀ ਫਿਰ। ਵੇਖ ਲਾ ਤੇਰੀ ਭੈਣ ਬਸੰਤੋ, ਨਾਲੇ ਤਾਂ ਸਾਰਾ ਕੰਮ ਕਰਦੀ ਸੀ, ਨਾਲੇ ਧਾਰਾਂ ਡੋਕੀ ਕੱਢਦੀ ਸੀ, ਨਾਲੇ ਪਸ਼ੂਆਂ ਦਾ ਸਾਰਾ, ਨਾਲੇ ਚਾਦਰਾਂ ਕੱਢਦੀ ਸੀ, 10-10 ਵਜੇ ਤੱਕ ਕੰਮ ਕਰਾਉਂਦੀ ਸੀ, ਸ਼ੋਪ ਕੱਤਦੀ ਹੁੰਦੀ ਸੀ, ਵੇਖ ਲਾ। ਹੈ ਬੇਬੇ, ਫਿਰ ਉਹ ਤਾਂ ਮੈਨੂੰ ਵੀ ਸਿਖਾ ਦੀ, ਮੈਂ ਵੀ ਕੱਢ ਲਿਆ ਕਰੂੰਗੀ। ਉਹ ਇਕੱਲੇ ਜਣੇ ਤੋਂ ਨਹੀਂ ਪੁੱਤ, ਕਰਤੇ ਆਉਂਦਾ ਸ਼ੋਪ, ਉਹ ਤਾਂ 3-4 ਕੁੜੀਆਂ ਚਰਖੇ ਐਂ ਜੋੜ ਕੇ ਡਾਉਂਦੀਆਂ ਹੁੰਦੀਆਂ ਸੀ, ਤੇ ਮਿਣ ਕੇ ਪੂਣੀਆਂ ਤੋਲ ਕੇ ਰੱਖਦੀਆਂ, ਫਿਰ ਉਹਨਾਂ ਸੂਧ ਕੱਤ ਕੇ ਉੱਠਦੀਆਂ। ਉਹ ਬੇਬੇ ਕਿੱਧਰ ਉਲਝੀਆਂ ਖੜੂੰਗਾ, ਮੈਂ ਮੜਾ ਖੇਤ ਜਾ ਕੇ ਆਉਣਾ, ਨਾਲੇ ਝੱਟਾ ਜਿਹਾ ਚੱਲੀ ਜਾਂਦਾ ਬੰਦ ਕਰਿਆਵਾਂ ਜਾ ਕੇ ਜਗਾੜ। ਰੋਟੀ ਖਾ ਜਾ ਪੁੱਤ ਪਹਿਲਾਂ, ਫਿਰ ਭਾਜੀ। ਉਹ ਰੋਟੀ ਆ ਕੇ ਖਾਲੂੰਗਾ, ਜਿਹੜਾ ਪਾਣੀ ਮਾੜਾ ਮੋਟਾ ਲੱਗਿਆ ਘਰ ਆ ਪੈ ਕੇ ਸਾਰਾ ਥੱਲੇ ਡਿੱਗ ਪੂਗਾ, 2 ਟਰਾਲੀਆਂ ਚੱਕੂ ਕੌਣ? ਚੱਲ ਕੋਈ ਨਾ, ਫਿਰ ਲੇਟ ਨਾ ਹੋ ਜੀ ਪੁੱਤ, ਫਿਰ ਦੁਪਹਿਰਾ ਆ ਜਾਊਗਾ ਰੋਟੀ ਕਰਨੂਗਾ ਫਿਰ ਤੂੰ। ਕੋਈ ਨਹੀਂ ਤੁਸੀਂ ਖਾਓ, ਮੇਰਾ ਹੁਣ ਤੋਂ ਪਹਿਲਾਂ ਆ ਜਾਊਗਾ ਮੈਂ, ਬੰਦ ਹੀ ਕਰਕੇ ਆਉਣਾ। ਚੰਗਾ ਚੰਗਾ, ਚੱਲ ਕੋਈ ਨਹੀਂ ਕੁੜੀਏ, ਆਟਾ ਉੱਟਾ ਗੁੰਨ ਲਾ ਤੇ ਰੋਟੀ ਬਣਾ ਕੇ ਰੱਖ ਲਈ। ਠੀਕ ਹੈ ਬੇਬੇ।
ਮੈਨੂੰ ਆਈ ਬੋਲਦੇ ਰਹਿੰਦੇ ਸੀਗੇ। ਚੱਲ ਕੋਈ ਨੀ, ਚੰਗਾ ਜਿਹਾ ਆਟਾ ਗੁੰਨ ਲਾ, ਫਿਰ ਲਾ ਲਾਂਗੇ ਰੋਟੀਆਂ। ਚੰਗਾ, ਇਹ ਕਮਲੀ ਜੀ ਕੰਮ ਤੋਂ ਆਖੇ ਤੋਂ। ਉਹ ਆ ਗਈ ਰੋਡ ਵੇਜ ਦੀ ਲਾਰੀ, ਨਾ ਕੋਈ ਸੀਸਾ ਨਾ ਕੋਈ ਵਾਰੀ। ਉਹ ਕੋਈ ਨਾ, ਲੈ ਲਾਂਗੇ ਬੰਬੂ ਘਾਟ। ਨਾਲੇ ਤੈਨੂੰ ਪਤਾ ਤਾਂ ਹੈ ਕੋਈ ਬਿਰਲਾ ਹੀ ਲਾਉਂਦਾ ਨੋਟ ਬੰਬੂ ਘਾਟ ਤੇ। ਉਹ ਬਿਰਲਿਆਂ 'ਚ ਤਾਂ ਆਉਂਦੇ ਹਾਂ, ਪਰ ਤੈਨੂੰ ਪਤਾ ਤਾਂ ਹੈ ਆਪਣੇ ਖਾਤਿਆਂ ਦੇ ਵਿੱਚ ਵੀ ਬਹੁਤ ਬਿਰਲਾ ਨੇ। ਜਦੋਂ ਉਹ ਭਰ ਗਈਆਂ ਉਦੋਂ ਬੰਬੂ ਘਾਟ ਲੈ ਲਾਂਗੇ। ਆ ਜਾ, ਕੋਈ ਨਹੀਂ ਲੰਘਿਆ। ਆ ਲਾਰੀ ਲੰਘੀ ਨਾ, ਫਿਰ ਝਾਕੀ ਜਾਵਾਂਗੇ, ਫਿਰ ਦੇਖ ਲਈ ਬੰਬੂ ਘਾਟ ਨੂੰ ਰੋਏਂਗੀ। ਵਾਲੀ ਵਾਟ ਹੈ, ਲੈ ਗੇਟ ਤਾਂ ਖੁੱਲ੍ਹਾ ਹੀ ਪਿਆ। ਕਿਵੇਂ ਹੁਣ ਵਾਲੀ ਮੂਹਰੇ ਹੋ ਗਈ, ਸਾਰੇ ਰਾਹ ਤਾਂ ਪਿੱਛੇ ਆਈ ਹੈ। ਮੈਨੂੰ ਤਾਂ ਚਾਈ ਵਾਲਾ ਹੋ ਗਿਆ, ਜਾ ਕੇ ਮਾਂ ਨੂੰ ਮਿਲਦਾ। ਮੈਂ ਤਾਂ ਉਹ ਮਿਲਣੀ, ਮੈਨੂੰ ਤਾਂ ਐਸੀ ਕੋਈ ਤੇਲ ਤੁਲ ਢਾਲੂਗਾ, ਕੋਈ ਮਿਲਣ ਵੀ ਨਹੀਂ ਆਇਆ ਮੂਹਰੇ। ਹੈਗਾ ਕੋਈ ਘਰੇ ਮਾਂ? ਉਹ ਮੈਨੂੰ ਤਾਂ ਲੱਗਦਾ ਹੈ ਨਹੀਂ, ਜਿੰਦੇ ਜੇ ਲੱਗੇ ਪਏ ਆ, ਉਹ ਦਿੰਦਾ ਨਹੀਂ ਕੋਈ ਘਰੇ। ਕੋਈ ਦਿੰਦੇ ਨੀ ਘਰੇ। ਰਾਜਪਾਲ ਕਿੱਧਰ ਗਿਆ? ਉਹ ਪੁੱਤਾ ਇੱਧਰ ਹੀ ਗਿਆ ਹੈਗਾ ਖੇਤ ਕਰਨੀ। ਅੱਛਾ, ਗੇੜਾ ਮਾਰ ਲੈ, ਇੱਧਰ ਬਹਿ ਜਾ, ਆ ਜਾ। ਬਸ ਬੈਠੇ ਬੈਠੇ ਕੋਈ ਨਹੀਂ, ਇੱਧਰ ਬੈਠੋ ਪੁੱਤ, ਬੈਠੋ ਤੁਸੀਂ, ਕਰ ਲਓ ਗੱਲਾਂ। ਨਹੀਂ ਪੁੱਤ ਬੈਠੋ, ਮੈਂ ਕਹਿ ਇੱਧਰ। ਓਹੋ, ਚੱਲ ਕੋਈ ਨਹੀਂ, ਬਹਿ ਜਾ ਜੀ। ਹੋਰ ਵਧੀਆ, ਹੋਰ ਸੁਣਾ, ਤੇਰਾ ਸਹੁਰਾ ਪਰਿਵਾਰ ਸਾਰਾ ਠੀਕ ਹੈ? ਮਾਂ ਸਾਰੇ ਠੀਕ ਹੈ। ਆ ਤਾਂ ਤੁਸੀਂ ਰੰਗ ਲਾਤਾ ਪੁੱਤ, ਜਿਹੜਾ ਤੁਸੀਂ ਮਿਲਣ ਆ ਗਈ। ਮੇਰਾ ਵੀ ਬਣਾਈ ਜੀ ਕਰੀ ਜਾਂਦਾ ਸੀ, ਵੀ 15 ਦਿਨ ਹੋ ਗਏ ਮੇਰੀ ਧੀ ਨੂੰ ਗਈ ਨੂੰ, ਅਤੇ ਮੈਂ ਮਿਲਾਂ ਤੜਕੇ ਪਨੇਰੇ 'ਤੇ ਕਾਂ ਕਰ ਲਾਈ ਜਾਵੇ। ਮੈਂ ਕਿਹਾ ਹੋਰ ਤਾਂ ਕੀ ਨਹੀਂ ਆਉਣਾ, ਮੇਰੇ ਧੀ ਜਵਾਈ ਆਉਣਗੇ ਸੁੱਖ ਨਾਲ। ਮਾਂ ਇਹਨਾਂ ਨੂੰ ਕੰਮਾਂ ਤੋਂ ਵਿਹਲ ਨਹੀਂ ਹੈਗੀ ਸੀ, ਵੀ ਤਾਂ ਅਸੀਂ ਆ ਹੀ ਜਾਂਦੇ। ਚੱਲ ਕੋਈ ਨਹੀਂ ਪੁੱਤ, ਸੁੱਖ ਨਾਲ ਕੰਮ ਵੀ ਕਰਨੇ ਆ, ਕੰਮ ਤਾਂ ਕਰਮ ਵਾਲਿਆਂ ਦੇ ਹੁੰਦੇ ਆ। ਤੁਹਾਨੂੰ ਪਤਾ ਹੀ ਹੈ ਜੀ, ਵਿਆਹ ਤੋਂ ਬਾਅਦ ਸਾਰੇ ਕੰਮ ਕਰਨੇ ਪੈਂਦੇ ਹੈਗੇ, ਲੈਣਾ ਦੇਣਾ ਸਾਰਿਆਂ ਦਾ ਠੀਕ ਕਰਨਾ। ਅਸੀਂ ਵੀ ਪੁੱਤ ਹੁਣੀ ਨਿਬੇੜ ਕੇ ਹਟੇ ਆ, ਸਾਂਭ ਸੁਭਾਈ ਮਗਰੋਂ ਬਾਹਲਾ ਕੰਮ ਵੱਧ ਜਾਂਦਾ, ਬਾਹਲਾ ਵੱਧ ਜਾਂਦਾ। ਉਹ ਇੱਧਰ ਖੇਤਾਂ ਕੰਨੀ ਗਿਆ ਸੀ ਪੁੱਤ, ਆਉਣ ਵਾਲਾ ਬਸ। ਬੁਲਾ ਲੈਂਦੇ, ਕਿ ਉਹਨੂੰ ਪਤਾ ਨਹੀਂ ਸੀ, ਦੱਸਿਆ ਨਹੀਂ ਸੀ ਵੀ ਆਪਾਂ ਹੁਣ ਲੈ। ਦੱਸਿਆ ਕਿੱਥੋਂ ਹੈ, ਤੁਸੀਂ ਕਿਹੜਾ ਕੋਈ ਸੁਨੇਹਾ ਲਾਇਆ ਭਾਈ, ਛੇਕੜ ਪਚੋਲੇ ਹੱਥੀ ਸੁਨੇਹਾ ਲਾਉਣ ਦੇ। ਮੈਂ ਕਿਹਾ ਅਸੀਂ ਆਵਾਂਗੇ, 5-6 ਦਿਨ ਹੋ ਗਏ ਘਰ ਦੀ ਨੂੰ, ਵੀ ਚੱਲੀਏ ਚੱਲੀਏ, ਮੈਨੂੰ ਤਾਂ ਐਸੀ ਦੱਸਤਾ ਹੋਊਗਾ। ਨਹੀਂ ਮਾਂ, ਕਾਲੀ ਕਾਲੀ 'ਚ ਭੁੱਲ ਗਏ ਸੀ ਤਾਂ। ਚੱਲ ਕੋਈ ਨਹੀਂ ਪੁੱਤ, ਧੀਆਂ ਨੂੰ ਪੇਕਿਆਂ ਦਾ ਚਾਅ ਹੀ ਇੰਨਾ ਹੁੰਦਾ, ਕੁਝ ਯਾਦ ਨਹੀਂ ਰਹਿੰਦਾ। ਪ੍ਰੀਤੋ, ਪਾਣੀ ਲੈ ਕੇ ਆ ਪੁੱਤ, ਪਤਾ ਨਹੀਂ ਕੀ ਕਰੀ ਜਾਂਦੀ ਆ ਅੰਦਰ। ਯਾਦ ਨੀ ਆਈ ਭੈਣ ਦੀ? ਯਾਦ ਤਾਂ ਬਹੁਤ ਆਉਂਦੀ ਆ ਭੈਣੇ, ਹੁਣ ਕਰ ਵੀ ਕੀ ਸਕਦੇ ਆ। ਹੋਰ ਤੇ ਕੀ ਕਰਦੀ ਹੁੰਦੀ ਹੁਣ ਫਿਰ ਤੂੰ? ਕੀ ਕਰਨਾ ਭੈਣੇ, ਉਹੀ ਚਾਦਰਾਂ ਕੱਢਦੀ ਹੁੰਨੀ ਆ। ਕਿੰਨੀਆਂ ਕ ਕੱਢ ਲਈਆਂ? ਬਸ 2-4 ਹੀ ਕੱਢੀਆਂ, ਮੁੜ ਕੇ ਟਾਈਮ ਹੀ ਨਹੀਂ ਲੱਗਿਆ। ਨੀ ਕਾਣੂ ਧੀਏ, ਇਹ ਤਾਂ ਰੋਣੋਂ ਨਹੀਂ ਸੀ ਹਟਦੀ, ਤੇਰੇ ਵਿਆਹ ਮਗਰੋਂ ਮਸਾਂ ਚੁੱਪ ਕਰਾਈ ਹੈ, ਲਾਰੇ ਲੱਪੇ ਲਾ ਕੇ ਵੀ ਕੋਈ ਨਹੀਂ, ਆਪਾਂ ਕਿਹੜਾ ਵੇਚੀ ਆ, ਵਿਆਹ ਕੇ ਤੋਰੀ ਆ, ਆ ਜਾ ਕਰੂ, ਤੈਨੂੰ ਮਿਲ ਜਾ ਕਰੂ। ਆ ਹੁਣ ਜਾ ਕੇ 2 ਚਾਦਰਾਂ ਪੂਰ ਚੜਾਈਆਂ ਨੇ। ਯਾਦ ਤਾਂ ਮੈਨੂੰ ਵੀ ਬਥੇਰੀ ਆਉਂਦੀ ਸੀ ਨਾ, ਵਿਆਹ ਤੋਂ ਪਹਿਲਾਂ ਤਾਂ ਲੜਦੀ ਰਹਿੰਦੀ ਸੀ ਮੇਰੇ ਨਾਲ। ਨਾ ਪੁੱਤ,
ਆਈ ਤਾਂ ਦੋਨਾਂ ਭੈਣਾਂ ਦਾ ਪਿਆਰ ਹੁੰਦਾ ਗਾ। ਵੀਰਾ ਵੀ ਆ ਗਿਆ। ਆ ਹੁੰਦਾ। ਹਾਂ ਚੱਲ ਆ ਗਿਆ ਸੁਖਨਾ। ਤੁਹਾਡੀ ਕੁੜੀ ਦੇਖ ਲਾ ਸਾਈਕਲ ਤੇ ਖਿੱਚਣ ਜਾਣ ਵਾਲੀ ਹੈਗੀ ਆ ਕਿ ਨਹੀਂ? ਪੜਾ ਲਾਦਾ ਟਾਈਮ ਕਿਹੜਾ ਯਾਰ ਪ੍ਰਾਹੁਣੇ ਹੁਣ ਤੈਨੂੰ ਪਤਾ ਤਾਂ ਹੈ। ਉਹ ਸਾਲਿਆ ਚੇਡਾ ਕਰਦਾ ਜੇ ਤੁਹਾਨੂੰ ਟਾਈਮ ਦਾ ਇੰਨਾ ਹੀ ਪਤਾ ਸੀ ਉਦੋਂ ਵਿਆਹ 'ਚ ਦੇਣਾ ਸੀ ਸਾਈਕਲ, ਨਲਿਆ ਪੁਰਾਣਾ ਸਾਈਕਲ ਥੋੜ੍ਹੀ ਲਊਂਗਾ, ਨਵਾਂ ਦੇਣਾ ਸੀ। ਲੈ ਦੱਸ ਸਾਈਕਲ ਦੀ ਕੀ ਗੱਲ ਆ, ਸਾਈਕਲ ਤਾਂ ਦੋ ਲੈ ਦੇਵਾਂਗੇ, ਪਹਿਲਾਂ ਮੈਨੂੰ ਐਂ ਦੱਸ ਸਾਈਕਲ ਚਲਾਉਣ ਜਾਣਦਾ ਵੀ ਹੈਗਾ ਤੇ ਪਿੱਛੇ ਕੁੜੀ ਦੀ ਲੱਤ ਤੋੜਦੇ? ਆਹੋ ਗੱਲ ਸੁਣ ਲਾ ਫਿਰ, ਜਾਣਦਾ ਤਾਂ ਮੈਂ ਬੰਬੂ ਕਾਟ ਵੀ ਆ, ਫਿਰ ਸਾਈਕਲ ਛੱਡੋ ਬੰਬੂ ਕਾਟ ਲੈ ਦਿਓ। ਤੈਨੂੰ ਚੇਡਾ ਕਰਦਾ ਖਵਾਉਣ ਦਾ, ਮਾਰਾ ਵੀ ਪ੍ਰਾਹੁਣਾ ਆ ਗਿਆ ਹੁਣ ਖਵਾਉਣਾ ਪਿਓਣਾ ਪਊਗਾ, ਚੱਲਦੇ ਹੋ। ਮੈਂ ਤਾਂ ਇਹਨੂੰ ਪਹਿਲਾਂ ਹੀ ਕਹਿ ਕੇ ਲੈ ਕੇ ਆਇਆ ਵੀ ਖਵਾਇਆ ਨੀ ਜਾਣਾ ਤੁਹਾਡੇ ਤੋਂ। ਖਾਣ ਪੀਣ ਨੂੰ ਮੈਂ ਲਿਆਵਾਂ ਕਿ ਕੁਛ ਬਣਾਉਂਗੇ? ਘੁੱਟ-ਘੁੱਟ ਚਾਹ ਪੀ ਲੋ ਪਹਿਲਾਂ, ਫੇਰ ਜੋ ਮਰਜ਼ੀ ਖਾਇਓ। ਲੈ ਇਹਨਾਂ ਦਾ ਤਾਂ ਆਹੀ ਕੰਮ ਹੈ, ਸੁੱਖ ਨਾਲ ਇਹ ਤਾਂ ਪਹਿਲਾਂ ਨੀ ਸੀ ਮਾਣ, ਹੁਣ ਤਾਂ ਪ੍ਰਾਹੁਣਾ ਆਇਆ ਗਾ। ਵੀਰਾ ਵੀ ਨਾ ਚੌੜ ਕਰਨ ਨੂੰ ਨੀ ਹਟਦਾ, ਨਾਲੇ ਬਾਪੂ ਕਿੱਥੇ ਆ? ਨੀ ਬਾਪੂ ਤਾਂ ਤੇਰਾ ਤੇਰੀ ਭੂਆ ਕੋਲੇ ਗਿਆ ਵਿਆ, ਉਹਦਾ ਬਿਮਾਰ ਦਾ ਸੁਨੇਹਾ ਜਾਇਆ ਸੀ। ਮੈਂ ਆਖਿਆ ਚੱਲ ਮੈਂ ਇੱਥੇ ਤਾਂ ਨਹੀਂ ਜਾਈਦਾ, ਤੂੰ ਮਿਲਿਆ ਜਾ ਕੇ, ਡੀਕਦੀ ਹੋਊਗੀ। ਬਸੰਤ ਕੁੜੇ ਤੁਸੀਂ ਕਰੋ ਗੱਲਾਂ, ਮੈਂ ਪੈਨਾ ਅੰਦਰ ਚੰਗਾ, ਜਦੋਂ ਆ ਗਿਆ ਮੈਨੂੰ ਬਾਜ਼ ਮਾਰ ਲਿਓ। ਚੱਲ ਕੋਈ ਨੀ, ਚੱਲ ਮੈਂ ਚਾਹ ਚੂ ਤਾਂ ਦੇਖ ਲਾਂ ਪੁੱਤ ਬਣਾਉਂਦੀ ਆ, ਹਨਾ ਚਾਹ ਪ੍ਰਾਹੁਣੇ ਨੂੰ ਪਿਆ ਦੇ ਕੇ ਚਾਹ। ਆ ਜਾ ਪੁੱਤ ਆ ਜਾ। ਉਹ ਲੈ ਚੱਕ ਮੈਂਗਲ ਸਾਂ, ਮੈਂ ਬੱਕਰੀ ਵਾਂਗੂ ਬੈਠਾ ਕੁੰਕੜੀ ਜਾਂਦਾ ਤੇਰੇ ਕੋਲੇ ਪਈ ਆ, ਜਾਂ ਲਾਲਾ ਸੰਗ ਕਹਿ ਦੀ, ਹੁਣ ਮੈਨੂੰ ਪਤਾ ਨੀ ਤੇਰਾ ਵੀ ਪੀਂਦਾ ਨੀ ਤੂੰ। ਭਲਾਉਂਦਾ ਮੈਂ ਜਾਣ ਕੇ ਨੀ, ਮੈਂ ਕਿਹਾ ਤੂੰ ਫੜ ਵੱਡੀ ਮਾਰ ਗਿਆ ਚੱਕ, ਫੜ ਤਾਂ ਤੂੰ ਬੱਕਰੇ ਦੀ ਮਾਰ ਗਿਆ ਸੀ, ਆ ਲਿਆ ਛੋਲੇ ਦੇ ਦਾਣੇ ਦਿੱਤੇ। ਓਏ ਛੋਲੇ ਵੀ ਘੋੜੇ ਖਾਂਦੇ ਹੁੰਦੇ ਆ, ਬੱਕਰਾ 2-3 ਘੰਟੇ ਲੈਂਦਾ ਹੁੰਦਾ, ਆਲੂ ਥੋੜ੍ਹਾ ਉਹ ਵੀ ਅੱਧੇ ਘੰਟੇ 'ਚ ਤਿਆਰ ਹੋ ਜਾਣਗੇ, ਲੈ ਚੱਕ ਲਾ। ਉਹਨਾਂ ਨੇ ਮਿਰਚ ਮੁਰਚ ਦੱਸ ਦਿਓ, ਜ਼ਿਆਦਾ ਤੇਜ਼ ਖਾਂਦਾ ਉਹਨਾਂ ਕਿ ਠੰਡੀ ਰੱਖ ਕੇ ਕੰਮ। ਉਹ ਮਿਰਚ ਦੀ ਕੀ ਗੱਲ ਆ, ਆਪਦੇ ਹਿਸਾਬ ਨਾਲ ਪਾਲਿਓ, ਉਹ ਮਿਰਚਾਂ ਤਿੱਖੀਆਂ ਹੀ ਆ ਤੁਹਾਡੇ ਘਰ ਦੀਆਂ। ਇਹ ਤਾਂ ਹੈ, ਚੱਲ ਕੋਈ ਨਹੀਂ ਲਾ ਲਾ ਖਿੱਚ, ਇੰਨੀ ਕੌੜੀ ਤਾਂ ਹੈ ਨਹੀਂ ਜ਼ਰਾ। ਜ਼ਹਿਰ ਹਾਂ, ਜ਼ਹਿਰ ਆ ਜਮਾ। ਆ ਛੋਲੇ ਜਿਹੇ ਖਾਣਾ ਜਿਹੜੇ ਤੈਨੂੰ ਦਿੱਤੇ ਆ, ਛੋਲੇ ਖਾ ਕੇ ਲਿਆ। ਬੱਕਰਾ ਬਣੀ ਜਾਂਦਾ, ਕੋਈ ਗੱਲ ਨੀ, ਬਣਾ ਜਨਾਦ ਰੱਖ, ਸਬਰ ਦਾ ਫਲ ਮਿੱਠਾ ਹੀ ਹੁੰਦਾ। ਗੱਲ ਸੁਣ ਮੇਰੀ, ਮੈਂ ਕਹਿੰਦਾ ਸੀ ਉਹ ਫਿਰ ਛੋਟੀ ਕੁੜੀ ਦੇ ਬਾਰੇ ਸੋਚਿਆ ਕੁਛ ਕੇ ਸੋਚਿਆ ਨੀ, ਉਹ ਠਾਉਣੀਆਂ ਬਾਹਰੋਂ ਕੇ ਠਾਉਣੀ ਨੀ। ਉਹ ਤਾਂ ਹਜੇ ਪੜ੍ਹੀ ਜਾਂਦੀ ਆ, ਕੋਈ ਗੱਲ ਨੀ, ਪਹਿਲ ਤੇਰੀਆਂ ਤੈਨੂੰ ਦੱਸਾਂਗੇ ਜਿੱਥੇ ਕਰਨਾ ਹੋਇਆ, ਐਂ ਨੀ ਕੋਈ ਗੱਲ। ਉਹ ਨਹੀਂ ਨਹੀਂ, ਮੈਂ ਤਾਂ ਐਂ ਕਹਿੰਦਾ ਸੀ ਜਵਾਨ ਹੁੰਦੀ ਜਾਂਦੀ ਆ, ਹੈਂ ਟਾਈਮ ਸਿਰ ਤੋਰ ਦਿਓ। ਕੋਈ ਗੱਲ ਨੀ ਕਰ ਲਾਂਗੇ, ਆਪਾਂ ਤੈਨੂੰ ਪਹਿਲ ਤੇ ਨੀ ਤਾਂ ਕਹੀ ਤਾਂ ਜਾਂਦਾ ਬਾਰੀ। ਪਹਿਲ ਮੈਨੂੰ ਆ, ਚੱਲ ਕੋਈ ਕਰਾ ਦੇ ਚੰਗੇ ਮਾੜੇ ਤਾਂ ਦੇਖਾਂਗੇ ਫਿਰ, ਹੈਂ ਵਧੀਆ ਜਾ, ਮੈਂ ਵੀ ਆਪਦੇ ਵਰਗਾ ਮੁੰਡਾ ਭਾਲ ਕੇ ਦੇਊਂਗਾ। ਬਸ ਠੀਕ ਆ।
ਠੀਕ ਆ ਨਾ, ਹੈ ਨਹੀਂ ਕਮੀ ਪੇਸ਼ੀ ਤੇਰੇ ਜਿਵੇਂ ਤੂੰ ਲੰਮਾ ਲੰਝਾ ਪਿਆ ਯਾਰ, ਵਧੀਆ ਬੰਦਾ ਮਿਲਿਆ ਬਸ ਬਸ ਬਸ। ਹੋਰ ਤੂੰ ਵੀ ਲਾ ਪੈਗ? ਮੈਂ ਤਾਂ ਲਾਈ ਬੈਠਾ। ਨਹੀਂ 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 ਲਾ ਪੈਗਲਾ, ਮੈਂ ਤਾਂ ਐਂ ਕਹਿਣਾ ਮੜੀ ਹਿਸਾਬ ਨਾਲ ਲਾ ਲਈ ਜਦੋਂ ਪੈ ਗਏ ਜਾ ਕੇ, ਉਹ ਤੋਂ ਬਾਅਦ ਜਾ ਕੇ ਗੇੜਾ ਆਉਂਦਾ ਮੇਰੇ ਸਾਲੇ ਦਾ, ਉਦੋਂ ਐਂ ਵੀ ਨਹੀਂ ਪਤਾ ਲੱਗਦਾ ਬੰਦਾ ਮੂਤ ਕਰਨ ਕਿੱਥੇ ਬਹਿ ਗਿਆ। ਉਹ ਕਿਹੜੀਆਂ ਗੱਲਾਂ ਕਰਦਾ ਰਾਜਪਾਲ, ਦਾਰੂਆਂ ਪੀਤੀਆਂ ਅਜੇ ਤੱਕ, ਹੋਰ ਕੀ ਕੀਤਾ ਅਸੀਂ? ਐਂ ਤਾਂ ਪਤਾ ਮੈਂਗਲ ਸਿੰਘ, ਤਾਂ ਹੀ ਫਿਰ ਉਹ ਜਿਹੇ ਸਾਹਿਬ ਦੀ ਲੈ ਕੇ ਧਰੀ ਆ, ਵੀ ਮੈਨੂੰ ਪਤਾ ਕਾਢੂ ਬੰਦਾ ਪੁਰਾਣਾ ਪਾਪੀ ਹੈ। ਨਹੀਂ ਠੀਕ ਆ ਦਾਰੂ, ਹੈਂ ਦਾਣਾ ਤਾਂ ਟੁੱਟਦਾ ਨਹੀਂ। ਉਹ ਹਿਸਾਬ ਨਾਲ ਤਾਂ ਹੀ ਕਹੀਏ ਨਾ, ਤੈਨੂੰ ਲੱਤਾਂ ਤਾਂ ਕਰ ਦਿੰਦੀ ਹੈ, ਮੈਂ ਨਹੀਂ ਚੱਕ ਕੇ ਲੈ ਕੇ ਜਾਂਦਾ ਮੁੜ ਕੇ। ਸਾਲਿਆ ਝੇਡਾ ਕਰਦਾ ਪ੍ਰਾਹੁਣੇ ਨੂੰ, ਦਰਿਆਵਾਂ ਦੇ ਦਰਿਆ ਪੀਤੇ ਪਏ ਆ, ਫਿਰ ਵੀ ਬੁੱਲ ਸੁੱਕੇ ਦੇ ਸੁੱਕੇ ਰਹਿ ਜਾਂਦੇ ਆ। ਹਾਂ ਐਂ ਤਾਂ ਮੈਨੂੰ ਪਤਾ ਲੱਗ ਗਿਆ ਸੀਗਾ ਯਾਰ। ਲਾ ਪੈਗ, ਆਪਦਾ ਪੈਗ ਲਾਉਣਾ ਨਹੀਂ, ਮੇਰੇ ਤਾਂ ਜੋ ਦੇ ਰੱਖਿਆ। ਓਏ ਕੋਈ ਨਹੀਂ, ਮੈਂ ਤਾਂ ਲਾ ਹੀ ਲਊਂਗਾ, ਘਰੀ ਪਈ ਸੀ ਮੇਰੇ ਕੋਲ, ਤਾਂ ਪ੍ਰਾਹੁਣੇ ਧਰਮ ਦੀ ਪਹਿਲਾਂ ਸੇਵਾ ਜ਼ਰੂਰੀ ਆ। ਨਹੀਂ ਨਹੀਂ ਨਹੀਂ, ਐਵੇਂ ਵੱਧ ਡਕਾਉਣ ਨੂੰ ਫਿਰਦਾ? ਉਹ ਐਂ ਕਿਹੜਾ, ਮੈਂ ਤੇਰੇ ਢਾ ਕੇ ਪਾਉਣਾ ਦਾ ਸਮੂਹ 'ਚ, ਮੈਂ ਤਾਂ ਐਂ ਡਰਦਾ ਪ੍ਰਾਹੁਣੇ ਵੀ ਪਹਿਲੀਆਂ ਰੈਂਕ 'ਤੇ ਹੋਣਾ ਗੱਡਾ ਡੰਗਾ 'ਤੇ ਹੋਜੇ। ਉਹ ਬੈਠਾ ਦਾਰੂ ਦੀ ਪ੍ਰਸ਼ੰਸਾ ਕਰੀ ਜਾਂਦਾ ਵੀ ਬਾਹਲੀ ਤਗੜੀ ਆ, ਬਾਹਲੀ ਤਗੜੀ ਆ, ਮੈਨੂੰ ਐਂ ਦੱਸ ਕੁਛ ਨਾਲ ਖਵਾਏਗਾ ਵੀ ਤੱਤਾ ਠੰਡਾ ਕਿ ਨਹੀਂ? ਉਹ ਇਕੱਲੇ ਛੋਲਿਆਂ ਦੇ ਦਾਣ ਨਾਲ ਤਾਂ ਡਈਆਂ 'ਤੇ ਹੋਊ ਹੀ ਹੋਊ। ਉਹ ਮੈਂਗਲ ਸਿੰਘ, ਮੈਂ ਤੈਨੂੰ ਕਹੀ ਨਾ, ਟਾਈਮ ਤਾਂ ਲੱਗੂ, ਕੱਚਾ ਚੱਕ ਲੈਣਾ ਮੈਂ ਤਾਂ, ਜੇ ਖਾ ਜਾਏਗਾ ਦੇਖ ਲਾ ਫਿਰ। ਉਹ ਮੈਂਗਲ ਸਿੰਘ ਕੀ ਕਰੇ, ਆਪਦਾ ਪੈਗ ਲਾਵਾਂ ਨਹੀਂ, ਗੇੜੇ ਨਾਲ ਕਹਿ ਦੇਣਾ ਲਾ ਲਾ ਲਾ, ਉਹਦਾ ਮੈਂ ਲਾ ਲੈਣਾ, ਜੇ ਤੇਰਾ ਢਿੱਡ ਭਰ ਜੂਗਾ ਲੈ ਮੈਂ ਲਾ ਲੈਣਾ, ਕਾਣੀ ਵੰਡ ਰੱਖਦਾ। ਬਾਹਲੀ ਤਗੜੀ ਆ ਤਾਂ ਫਿਰ ਲਾ ਕੇ ਤੂੰ ਵੀ ਦਿਖਾ। ਮੈਂ ਲਾਈ ਜਾਂਦਾ, ਕੋਈ ਗੱਲ ਨਹੀਂ, ਛੋਲਿਆਂ ਦੇ ਦਾਣੇ ਚੱਬਲਾ ਹੁਣ। ਓਏ ਮੈਂਗਲ ਸਿੰਘ, ਛੋਲੇ ਵਰਗੀ ਜਾਣ ਕਿਹੜੀ ਚੀਜ਼ 'ਚ ਆ, ਬੱਕਰੇ ਦੀ ਵੀ ਟੂਹੀ ਭੰਦੇ ਆ ਛੋਲੇ ਤਾਂ। ਉਹ ਛੋਲਿਆਂ ਦਾ ਵੈਰੀ ਬਣਿਆ ਬੈਠਾ, ਮੈਂ ਸੁਣਿਆ ਛੋਲਿਆਂ ਨਾਲ ਕਿਹੜਾ ਬੰਦਾ ਮਰ ਗਿਆ ਸੀ? ਉਹ ਤਾਂ ਉਹੀ ਯਾਰ, ਕਿਸੇ ਨੇ ਬਣਾਤੀ ਗੱਲ, ਹੁਣ ਹਰੇਕ ਗੱਲ ਸੱਚ ਥੋੜ੍ਹਾ ਹੁੰਦੀ ਆ ਪ੍ਰਾਹੁਣੇ, ਅੱਜ ਆਪਾਂ ਘਰੇ ਚੱਲਦੇ ਹਾਂ, ਮੀਟ ਮੂਟ ਬਣ ਗਿਆ ਤੂੰ ਲੜੇ ਇੱਥੇ, ਮੈਨੂੰ ਪਤਾ ਬੈਠਾ ਤੂੰ ਹੁਣ ਬੱਤ ਇੱਕ ਪਿੱਗ ਲਾਇਆ, ਤੂੰ ਗੱਲ ਟੁੱਟਣੀ ਨਹੀਂ ਦਿੰਦਾ ਲੜੀ ਯਾਰ। ਗੱਲ ਟੁੱਟਣ ਦੀ ਗੱਲ ਨਹੀਂ, ਜੇ ਤੂੰ ਇੱਥੇ ਬਿਠਾ ਕੇ ਖਵਾਉਣਾ ਨਹੀਂ ਸੀ, ਪਿਆਉਣਾ ਨਹੀਂ ਸੀ, ਫਿਰ ਬਿਠਾਇਆ ਕਿਉਂ? ਪ੍ਰਾਹੁਣੇ ਦੀ ਬੇਇੱਜ਼ਤੀ ਕਰਦੇ ਹੋ? ਨਹੀਂ ਬੇਇੱਜ਼ਤੀ ਕਰਦੀ ਆ, ਬਣੀ ਜਾਂਦਾ ਅੱਜ ਤੂੰ ਸਰਾਣੇ ਖੜਾ ਦੇਣਾ ਜਾ ਕੇ ਚੁੱਲ੍ਹੇ ਦੇ, ਕੱਚਾ ਜਿਹਾ ਹੋਇਆ ਪਾ ਕੇ ਲਿਆ ਦੂੰ ਮੈਂ ਤਾਂ। ਕੀ ਫਾਇਦਾ ਫਿਰ, ਕੀ ਫਾਇਦਾ? ਤੇਰੀ ਭੈਣ ਤਾਂ ਐਂ ਕਹਿੰਦੀ ਸੀ ਜਾ ਕੇ ਦੇਖੀ ਮੇਰਾ ਭਾਈ ਸੇਵਾ ਕਰਦਾ, ਆਹ ਸੇਵਾ ਕਰਤੀ ਤੁਸੀਂ ਮੇਰੀ ਯਾਰ? ਸੇਵਾ ਤਾਂ ਤੇਰੀ ਮੈਂ ਜਿਵੇਂ ਕਰੀ ਜਾਂਦਾ, ਵਸੂਣੀ ਕਰੀ ਜਾਂਦਾ, ਇਹ ਜਿਹੜੀ ਗੱਲ, ਟਾਈਮ ਲੱਗਦਾ ਹੁੰਦਾ ਚੀਜ਼ ਕੋਈ ਵੀ ਆ, ਘਰੇ ਚੱਲਦੇ ਆਰਾਮਦਾਰੀ ਨਾਲ ਬਹਿੰਦੇ ਆ ਜਾ। ਨਾ ਪਹਿਲਾਂ ਘਰੇ ਕਿਉਂ ਨਹੀਂ ਬਿਠਾਇਆ? ਘਰੀ ਬੈਠੇ ਆ, ਇਹ ਤੈਨੂੰ ਮੈਂ ਬਾੜਾ ਦਿਖਾਉਣ ਲਿਆ, ਮੈਂ ਚੱਲ ਆਪਣੇ ਬਾਹਰਲੇ ਘਰੇ ਬਹਿ ਜਾਂਗੇ 10 ਮਿੰਟ, ਟਾਈਮ ਪਾਸ ਹੋਜੂ। ਬਾਹਰਲੇ ਘਰ ਦੀ ਗੱਲ ਨਹੀਂ ਨਾ ਬਣੀ, ਕੋਈ ਗੱਲ ਨਹੀਂ ਬਣੀ, ਚੱਲ ਕੋਈ ਨਹੀਂ, ਘਰੇ ਜਾ ਕੇ ਬਣਾ ਦਿੰਦੇ ਆ ਗੱਲ ਬਣੀ। ਮੁੜ ਕੇ ਲਾਂਭਾ ਨਾ ਦੇ ਮੈਨੂੰ, ਲਾਂਭਾ ਰਹਿ ਗਿਆ, ਕੋਈ ਨਹੀਂ ਲਾ ਦੇਗਾ, ਲਾ ਦੇਗਾ, ਲਾ ਦੇਗਾ, ਕੋਈ ਨਹੀਂ। ਬੇਬੇ ਮੰਜੇ ਤੇ ਬਹਿ ਕੇ ਪੀਣ ਦਾ ਚਾਹ, ਇੱਥੇ ਬਹਿ ਗਿਆ ਠੰਡੇ ਥਾਂ ਤੇ। ਬੇਬੇ ਬਾਜੀ ਸਾਹ ਚਾਹ ਗਈ, ਆਹੋ ਸਵਾਦ ਬਣਾਈ ਆ, ਤੂੰ ਪਾਣੀ ਪਿਆ ਪਸ਼ੂਆਂ ਨੂੰ? ਪਾਣੀ ਤਾਂ ਬੇਬੇ ਮੈਂ ਪਿਆਤਾ, ਪਰ ਕੱਚਾ ਭੁੱਖਾ ਸੀ, ਉਹ ਜਾ ਉਹ ਪਾਉਂਦਾ ਸੀ ਵਿਚਾਰਾ, ਫਿਰ ਮੈਂ ਤੈਨੂੰ ਮੱਝ ਦਾ ਸਾਰਾ ਦੁੱਧ ਪਿਆਤਾ। ਬੇ ਜੈ ਵੱਡੀ ਦੇ ਸਾਰਾ ਦੁੱਧ ਤੂੰ ਕੱਟੇ ਨੂੰ ਚੰਗਾਤਾ, ਨਾ ਚਾਹ ਕਿੱਥੋਂ ਪੀਓਗੇ, ਫਿਰ ਭਾਲੋਗੇ ਨੇਕੜੂ ਇੱਥੋਂ, ਨਾਲੇ ਆਥੇ ਕਹਿ ਦੇਗਾ ਮੈਂ ਪਾ ਦੇ ਬਾਟੀ 'ਚ ਦੁੱਧ ਮੈਨੂੰ ਪੀਣਾਗਾ, ਫਿਰ ਮੈਂ ਤੈਨੂੰ ਕਿੱਥੋਂ ਦੁੱਧ ਦੇਊਂਗੀ? ਉਹ ਬੇਬੇ ਮੈਂ ਇੱਥੋਂ ਭੁੱਖ ਕੱਤੀ ਨਹੀਂ ਜਾਂਦੀ, ਤਾਂ ਕਰਕੇ ਮੈਨੂੰ ਐਂ ਸੀ ਵਿਚਾਰਾ ਔਖਾ ਹੁੰਦਾ ਹੋਊਗਾ, ਤਾਂ ਮੇਰੇ ਤਾਂ ਪਿਆਇਆ ਗਿਆ, ਫਿਰ ਲਿਆ ਨਹੀਂ ਗਿਆ। ਆਹੋ ਤਾਂ ਇੱਥੋਂ ਤਾਂ ਰਿਹਾ ਨਹੀਂ ਗਿਆ, ਕੁਝ ਅੱਜ ਦਾ ਕੰਮ ਵੀ ਕਰ ਲਿਆ ਕਰ, ਸਾਰੀ ਦਿਹਾੜੀ ਪੁੱਠੇ ਕੰਮ ਹੀ ਕਰਦਾ ਰਹਿੰਦਾ ਗਾ। ਬੇਬੇ ਮੈਨੂੰ ਤੂੰ ਹੀ ਗਾਲ ਨਹੀਂ ਰਹਿੰਦੀ, ਮੈਂ ਨਹੀਂ ਪੀਂਦਾ, ਜਾ ਨਹੀਂ ਮੈਂ ਨਹੀਂ ਪੀਂਦਾ ਹੁਣ। ਕੀ ਹੋ ਗਿਆ, ਕਿਆ ਹੋ ਗਿਆ? ਬਹੂ ਆ ਗਈ, ਬਹੂ ਆ ਗਈ। ਬੇਬੇ ਚੁੱਪ ਕਰ, ਲੱਗਦਾ ਬਹੂ ਦਾ ਭਾਬੀ ਹੈ ਤੇਰੀ, ਭਾਬੀ ਤਾਂ ਹੈਗੀ ਆ, ਫੇਂ ਕੀ ਹੋ ਗਿਆ, ਬਹੂ ਤਾਂ ਘਰ ਦੀ ਆ। ਘਰ ਦੀ ਤਾਂ ਹੈਗੀ ਆ, ਤੇਰੀ ਤਾਂ ਭਾਬੀ ਲੱਗਦੀ ਆ ਕਮਲਿਆ, ਐਂ ਨਹੀਂ ਕਹਿੰਦੇ ਹੁੰਦੇ? ਉਹ ਤੇ ਉਹ ਪੈਰੀ ਹੱਥ 'ਚ ਲਾਈ ਜਾਂਦੀ ਆ ਬਾਈ, ਮੇਲੇ ਵੀ ਲਵਾ ਦੇ ਉਹਨੂੰ ਕਹਿ ਕਹਿ। ਤੂੰ ਛੋਟਾਂਗਾ, ਤੇਰੇ ਪੈਰੀ ਹੱਥ ਨਹੀਂ ਲੱਗਦੇ, ਜੇ ਤੂੰ ਵੱਡਾ ਹੁੰਦਾ ਫਿਰ ਤੇਰੇ ਲਾ ਦਿੰਦੀ, ਜੇਠ ਦੇ ਪੈਰੀ ਹੱਥ ਲੱਗਦੇ ਹੁੰਦੇ ਆ, ਦਿਓਰ ਦੇ ਨਹੀਂ। ਤੇ ਫਿਰ ਬਾਈ ਜਦੋਂ ਮੇਲੀ ਬਹੂ ਆ ਗਈ, ਮੈਂ ਵੀ ਨਹੀਂ ਤੇਰੇ ਪਹਿਲੀ ਹੱਥ ਲਾਉਣ ਦਿੰਦਾ ਫਿਰ ਤੂੰ? ਓਏ ਹੁਣ ਤਾਂ ਲਾਉਣੇ ਪੈਣਗੇ, ਉਹ ਤੋਤੀ ਮੈਂ ਤੇ ਇੱਥੋਂ ਵੱਡਾਂਗਾ, ਹੁਣ ਤਾਂ ਲਾਉਣੇ ਪੈਣਗੇ ਪੈਰੀ ਹੱਥ ਮੇਰੇ, ਜੇਠ ਲੱਗਦਾ ਹੋਊਗਾ ਮੈਂ ਉਹਦਾ। ਤੂੰ ਤਾਂ ਬਾਈ ਐਂ ਕਰਦਾ ਹੁੰਦਾ, ਤੂੰ ਮੇਰੇ ਥੋਤੇ ਹੁੰਦੇ ਨਾਲ ਵੀ ਐਂ ਕਰਦਾ ਰਿਹਾ ਪਹਿਲਾਂ। ਉਹ ਕੀ ਐਂ ਕਰਦਾ ਰਿਹਾ, ਚੱਲ ਜੇ ਬਾਹਲਾ ਸ਼ੌਂਕ ਆ ਨਾ, ਤੂੰ ਲਾ ਦੇ ਪੈਰੀ ਹੱਥ, ਤੇਰਾ ਹੱਕ ਬਣਦਾ, ਛੋਟਾਂਗਾ ਤੂੰ।
ਮੈਨੂੰ ਲਾਉਣੇ ਪੈਣਗੇ। ਹੋਰ ਹੋਣਾ ਹੋ ਤੂੰ ਛੋਟਾ ਤੂੰ ਲਾ ਦੇ। ਸਤਿ ਸ੍ਰੀ ਅਕਾਲ ਭਾਬੀ। ਚਾ ਬਹੁਤਾ ਬਹੁਤਾ। ਚਾ ਇੱਕ ਗੱਲ ਦੱਸ ਦੇ ਭਾਈ ਮੈਨੂੰ ਮੈਨੂੰ ਵੀ ਇੱਡੀ ਸੋਹਣੀ ਬਹੂ ਕਦੋਂ ਲਾ ਕੇ ਦੇਵੋਗੇ ਤੁਸੀਂ? ਕੋਈ ਨਾ ਲਿਆ ਦਾਂਗੇ, ਤੂੰ ਐਂ ਕਰ ਪਹਿਲਾਂ ਪਸ਼ੂਆਂ 'ਚ ਜਾ ਕੇ ਉਹਨੂੰ ਨੀਰਾ ਨੂਰਾ ਪਾ ਕੇ ਆ। ਤਾਪ ਚੜ ਜੂਗਾ। ਲੋਟ ਹੋਰ ਬੇਬੇ ਤੰਗ ਤਾਂ ਨੀ ਕਰਿਆ ਵਾਲਾ ਇਹਨੇ? ਵੇ ਤਾਂ ਪਕਾਈ ਕਰਾਈ ਜਾਂਦਾ ਗਾ, ਇਹਨੇ ਕੀ ਕਰਨਾ ਗਾ, ਆਹੀ ਤਾਂ ਕੰਮ ਹੈ ਇਹਦੇ ਕੋਲ, ਮੱਥਾ ਮਾਰੀ ਜਾਂਦੀ ਮੈਂ ਤਾਂ ਉਹ ਜੀ ਬੈਠੀ ਇਹਦੇ ਨਾਲ। ਹੋਰ ਤੂੰ ਦੱਸ ਭਾਈ ਤੇਰੇ ਪੇਕੇ ਠੀਕ ਹੈ ਸਾਰੇ? ਖੈਰ ਸੁੱਖ ਹੈ? ਸਾਰੇ ਠੀਕ ਹੈ, ਬਾਲੇ ਵਧੀਆ। ਚੱਲ ਵਧੀਆ, ਪੂਰੇ ਵਧੀਆ ਸੀ। ਮੇਰਾ ਸਾਲਾ ਮੈਨੂੰ ਝੇਡਾਂ ਕਰਦਾ ਸੀ। ਹਾਂ ਹੋਰ, ਕਹਿੰਦਾ ਤੂੰ ਦਾਰੂ ਪੀਣ ਦਾ ਮਾਰ ਆ ਗਿਆ, ਕਹਿੰਦਾ ਤੁਹਾਡੇ ਦਾਰੂ ਮੁੱਕ ਗਈ ਹੋਣੀ ਆ। ਮੈਂ ਕਾਹਨੂੰ ਦੇਖੀ ਆ ਮੈਂ ਦਾਰੂ? ਤੂੰ ਦੱਸ ਪੁੱਤ ਮੈਨੂੰ ਉੱਥੇ ਠੀਕ ਠਾਕ ਸੀ ਸਾਰੇ? ਤੰਗ ਤਾਂ ਨੀ ਕੀਤਾ ਇਹਨੇ? ਬੇਬੇ ਨੇ ਉੱਥੇ ਚਾਹ ਵੀ ਨੀ ਪੀਤੀ, ਦਿਨੇ ਦਾਰੂ ਪੀਣ ਲੱਗ ਗਏ ਸੀਗੇ। ਤੂੰ ਪਰ ਇੰਨਾ ਵੀ ਦਾਰੂ ਪੀ ਕੇ ਤੰਗ ਨੀ ਕੀਤਾ ਹੈਗਾ, ਰੋਟੀ ਖਾ ਕੇ ਪੈ ਗਏ ਸੀਗੇ। ਹਾਂ ਫਿਰ ਆਪਾਂ ਨੂੰ ਆਉਂਦੀ ਆ ਪੀਣੀ, ਐ ਤੇਰੇ ਭਰਾ ਨੂੰ ਤਾਂ ਨੀ ਲਾ ਕੇ 4 ਰੁਪਏ ਕਿੱਲੇ ਲਿਟ ਜਾਂਦਾ ਸੀਗਾ? ਉਹ ਤਾਂ ਪੀਂਦਾ ਹੀ ਨਹੀਂ ਗਿਆ। ਆ ਪੀਂਦਾ ਨਹੀਂ। ਚੱਲ ਚੰਗਾ, ਮੈਨੂੰ ਪੁੱਛ ਕੇ ਦੇਖ ਪੀਂਦਾ ਕਿ ਨਹੀਂ ਪੀਂਦਾ। ਜਾ ਬਦਲ ਲੈ ਕੱਪੜੇ ਆਉਦੇ, ਗੰਜ ਰੋਣ ਵਾਲੀ ਕਰ ਦਿੰਦਾ ਬੋਤਲ। ਪਤਾ ਹੀ ਆ ਮੈਨੂੰ, ਤੂੰ ਵੀ ਪੜਦੇ ਨਾ ਪਾ ਜੀਆਂ ਗੱਲਾਂ ਤੇ, ਮੈਨੂੰ ਸਾਰਾ ਜਾਣਦੀ ਆ। ਪੜਦੇ ਤਾਂ ਕੀ ਪਾਉਣੇ ਆ। ਹੋਰ ਤੂੰ ਦੱਸ, ਤੂੰ ਤਾਂ ਠੀਕ ਸੀਗੀ? ਮੈਂ ਤਾਂ ਠੀਕ ਆ ਵਧੀਆ, ਮੈਨੂੰ ਕੀ ਹੋਣਾਗਾ। ਤੇ ਕੰਮ ਕਰਦਾ ਤਾਂ ਨੀ ਔਖਾ ਹੋਇਆ ਪਿੱਛੋਂ? ਕੋਈ ਔਖਾ ਨਹੀਂ ਹੋਇਆ, ਕੰਮ ਕਰਦਾ ਮੈਂ ਕਰ ਲਿਆ ਸੀ, ਟਾਈਮ ਨਾਲ ਵਿਹਲੀ ਹੋ ਗਈ ਸੀ। ਆ ਦੋ ਰੋਟੀਆਂ ਸਾਡੇ ਤੋਂ ਉਹਨਾਂ ਦੀਆਂ, ਹੋਰ ਕੀ ਕੰਮ ਸੀਗਾ? ਪਸ਼ੂ ਡੰਗਰ ਉਹ ਸਾਂਭ ਲੈਂਦਾ ਸੀ। ਚੱਲ ਐਂ ਕਰ, ਚਾਹ ਬਣੀ ਪੀ, ਨਾਲ ਤਾਂ ਤੂੰ ਪੀ ਲਾ ਤੇ ਨਾਲੇ ਉਹਨੂੰ ਪਾ ਕੇ ਫੜਾ ਦੇ। ਠੀਕ ਹੈ ਬੇਬੇ। ਜੇ ਪੀਂਦਾ ਤਾਂ ਆ ਸਮਾਨ ਜਾ ਵੀ ਲੈ ਜੀ ਆਪਦਾ। ਉਹ ਮੈਂ ਨਹੀਂ ਪੀਂਦਾ ਚਾਹ, ਮੇਰਾ ਤਾਂ ਚੂਹ ਦਾ ਟਾਈਮ ਹੋਇਆ ਪਿਆ। ਆਹੋ ਤੂੰ ਤਾਂ ਕਾਹਨੂੰ ਪੀਣੀ ਹੈਗੀ, ਖੋਲ ਲਾ ਬੋਤਲ ਇੱਥੇ ਹੁਣ। ਬੇਬੇ ਦੀ ਯਾਦ ਨੀ ਆਉਂਦੀ? ਹੈਗੀ ਆ, ਪਰ ਹੁਣ ਕੀ ਕਰ ਸਕਦੇ ਆ? ਲੈ ਦੱਸ ਕਰਨਾ ਕੀ ਆ, ਜੇ ਯਾਦ ਆਉਂਦੀ ਤਾਂ ਆਪਾਂ ਚੱਲੇ ਆਉਣੇ ਆ, ਫਿਰ ਕਿੱਡੀ ਗੱਲ ਆ, ਫੋਨ ਕਰਕੇ ਦੱਸ ਦਿੰਦੇ ਆ। ਹਜੇ ਕੱਲ ਤਾਂ ਜਾ ਕੇ ਆਇਆ, ਜੇ ਫੇਰ ਜਾਵਾਂਗੇ ਬੇਬੇ ਆਖੂਗੀ ਰੋਜ਼ ਹੀ ਤੁਰ ਪੈਂਦੀ ਆ ਪੇਕਿਆਂ ਨੂੰ। ਉਹ ਕੁਛ ਨਹੀਂ ਹੁੰਦਾ, ਜਦੋਂ ਮੈਂ ਹੈਗਾ ਤੈਨੂੰ ਮੈਂ ਕਹੀ ਨਾ ਮੈਂ ਲੈ ਕੇ ਜਾਊਂਗਾ, ਬੇਬੇ ਕੀ ਕਹਿ ਦੂਗੀ, ਆਪਾਂ ਜਾ ਆਉਣੇ ਆ। ਤੁਸੀਂ ਤਾਂ ਨਹੀਂ ਕੁਛ ਕਹਿੰਦੇ, ਪਰ ਬੇਬੇ ਤਾਂ ਬੋਲੂਗੀ ਨਾ, ਨਾਲੇ ਰੋਜ਼ ਚੰਗਾ ਵੀ ਨਹੀਂ ਲੱਗਦਾ। ਚੱਲ ਠੀਕ ਆ, ਕੋਈ ਨਹੀਂ, ਫਿਰ ਜੇ ਤੇਰਾ ਬਾਹਲਾ ਦਿਲ ਜਾ ਉਧਰ ਲੱਗਿਆ ਨਾ ਤੇ ਮੈਨੂੰ ਦੱਸ ਦੀ, ਆਪਾਂ ਜਾ ਆਵਾਂਗੇ। ਚੰਗਾ ਠੀਕ ਹੈ ਜੀ। ਹਾਂ ਬੇਜੇ ਜਿਕ ਦੱਸ ਦੀ, ਹਾਂ ਪੀ ਲੂੰ ਦੁੱਧ ਤਾਂ ਮੈਂ, ਹਲੇ ਪਾ ਦੇ ਛੋਟੇ ਦੁੱਧ ਫੜਾ ਆਉਣਾ ਮੈਂ। ਠੀਕ ਹੈ। ਇੰਨੀ ਸੋਹਣੀ ਸੀ ਓਏ, ਮੇਰੇ ਮੱਥੇ ਆ ਮਾਰੀ, ਫਿਰ ਤੋਂ ਕੀ ਕਰਾਉਣਾ ਸੀ ਦੱਸ? ਜੇ ਕਿਤੇ ਪਹਿਲਾਂ ਉਹ ਦਿਖਾਈ ਹੁੰਦੀ ਨਾ ਮੈਨੂੰ ਤਾਂ ਮੈਂ ਇਹਦੇ ਨਾਲ ਵਿਆਹ ਕਰਾਉਣਾ ਸੀ। ਮੇਰੀ ਮਾੜੀ ਕਿਸਮਤ,
ਕੀ ਕਰਿਆ ਜਾਵੇ ਹੁਣ? ਇਹ ਵੀ ਜਵਾਬ ਦੇ ਗਈ ਕਿ ਨਹੀਂ ਜੀ ਕਰਦਾ ਹਜੇ ਜਾਣ ਨੂੰ, ਕੱਲ੍ਹ ਜਾ ਕੇ ਆਏ ਕਿ ਜਾ ਆਉਂਦੇ ਮੈਂ ਦੁਬਾਰੇ ਦੇਖ ਲੈਂਦਾ। ਸਮਝ ਗਏ, ਜਦੋਂ ਦੇਖਦਾ ਸੀ ਐਂ ਦਿਲ ਕਰਦਾ ਸੀ ਕਿ ਦੇਖੀ ਜਾਵਾਂ ਦੇਖੀ ਜਾਵਾਂ, ਮਨ ਨਹੀਂ ਭਰਦਾ ਸੀ। ਕੀ ਬਹਾਨਾ ਲਾਵਾਂ ਮੈਂ ਉੱਥੇ ਜਾਣ ਦਾ? ਇਹ ਤਾਂ ਆਪ ਹੁਣ ਜਵਾਬ ਦੇ ਗਈ, ਇਕੱਲਾ ਵੀ ਨਹੀਂ ਜਾ ਸਕਦਾ, ਮੇਰੇ ਤਾਂ ਸਾਰਾ ਦਿਨ ਖਿਆਲਾਂ 'ਚ ਹੀ ਆਈ ਜਾਂਦੀ ਆ। ਕਿੰਨੀ ਸੋਹਣੀ ਸੀ, ਬਾਰ ਬਾਰ ਅੱਖਾਂ ਮੂਹਰੇ ਆ ਕੇ ਖੜ ਜਾਂਦੀ ਆ। ਕੋਈ ਨਾ ਕੋਈ ਹੱਲ ਤਾਂ ਕਰਨਾ ਹੀ ਪਊਗਾ, ਐਂ ਮੈਂ ਇਹਨੂੰ ਵੀ ਹੱਥੋਂ ਨਹੀਂ ਜਾਣ ਦੇਣਾ, ਆਪਣੀ ਤਾਂ ਮੈਂ ਇਹਨੂੰ ਬਣਾ ਕੇ ਹਟੂੰਗਾ।